ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਵਿਆਪਕ ਪ੍ਰਬੰਧ ਕੀਤੇ ਗਏ ਨੇ। ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਰਕਾਰ ਨੇ ਖਰੀਦ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਦੱਸਿਆ ਕਿ ਖਰੀਦ ਦੇ ਕੰਮਾਂ ਲਈ ਇਸ ਵਾਰ ਮੰਡੀਆਂ ਦੀ ਸੰਖਿਆ ਵੀ ਵਧਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰ ਕੋਲ ਕੈਸ਼ ਕ੍ਰੈਡਿਟ ਲਿਮਿਟ ਵੀ ਆ ਚੁੱਕੀ ਹੈ। ਆਸ਼ੂ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਫਸਲ ਲੈ ਕੇ ਆਉਣ ਦਾ ਸਮਾਂ ਦੇ ਦਿੱਤਾ ਜਾਵੇਗਾ ਅਤੇ ਖਰੀਦ ਵੀ ਸਮੇਂ ਸਿਰ ਮੁਕੰਮਲ ਕੀਤੀ ਜਾਵੇਗੀ। ਗਵਰਨਮੈਂਟ ਲਈ ਪ੍ਰਬੰਧ ਪੂਰੇ ਨੇ, ਕਿਸਾਨ ਭਰਾਵਾਂ ਲਈ ਪੂਰੇ ਨੇ, ਆੜ੍ਹਤੀਆਂ ਲਈ ਪ੍ਰਬੰਧ ਪੂਰੇ ਨੇ, ਲੇਬਰ ਲਈ ਪੂਰੇ ਨੇ। ਜਿੱਥੇ ਗਵਰਨਮੈਂਟ ਨੇ ਉਪਰਾਲਾ ਕਰਿਆ ਕੋਵਿਡ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਲਈ ਡੀਸੈਂਟਰਲਾਈਜ਼ ਕੀਤਾ ਗਿਆ, ਮੰਡੀਆਂ ਦੀ ਗਿਣਤੀ ਵਧਾਈ ਗਈ ਹੈ, ਪਰਚੇਸ ਸੈਂਟਰ 1820 ਤੋਂ ਵਧਾ ਕੇ ਆਲਮੋਸਟ ਡਬਲ ਤੋਂ ਵੀ ਵੱਧ 3800 ਦੇ ਕਰੀਬ ਕਰ ਦਿੱਤੇ ਗਏ ਅਤੇ ਹੋਰ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਸਟੈਗਰਡ ਵੇ ਨਾਲ ਬੜੇ ਆਰਾਮ ਨਾਲ ਕਿਸਾਨ ਉੱਥੇ ਮੰਡੀਆਂ 'ਚ ਫਸਲ ਲੈ ਕੇ ਆਵੇ ਅਤੇ ਉਹਦੀ ਪ੍ਰੋਕਿਓਰਮੈਂਟ ਹੋ ਸਕੇ। ਕਿਸਾਨਾਂ ਦੀ ਫਸਲ ਕਿਸ ਤਰੀਕੇ ਆਵੇ ਇਹਦੇ ਲਈ ਵੀ ਬਹੁਤ ਪ੍ਰਬੰਧ ਕੀਤੇ ਗਏ ਨੇ। ਇੱਕ ਸਿਸਟਮ ਡਿਵੈਲਪ ਕੀਤਾ ਗਿਆ ਮੰਡੀ ਬੋਰਡ ਵੱਲੋਂ, ਉਹਨਾਂ ਨੇ ਪਾਸਿਸ ਇਸ਼ੂ ਕਰਨੇ ਨੇ ਆੜ੍ਹਤੀਆਂ ਦੇ ਥਰੂ, ਜਿਹੜੇ 48 ਘੰਟੇ ਪਹਿਲਾਂ ਕਿਸਾਨ ਤਾਂ ਹੀ ਚਲੇ ਜਾਣਗੇ ਵੀ ਫਲਾਂ ਡੇਟ ਨੂੰ ਤੁਸੀਂ ਆਪਣੀ ਫਸਲ ਲੈ ਕੇ ਆਉਣੀ ਹੈ, ਇੰਨੀ ਫਸਲ ਲੈ ਕੇ ਆਉਣੀ ਹੈ, ਉਹਦੀ ਪ੍ਰੋਕਿਓਰਮੈਂਟ ਹੋ ਜਾਏਗੀ। ਉੱਥੇ ਮੰਡੀਆਂ ਦੇ ਵਿੱਚ ਹਰੇਕ ਦੇ ਲਈ